پڑھو محمد اور آل محمد دیدار سے. خوشنودی ہے جناب سیدہ سلام اللہ علیہا و بلند تر صلوات. بانی مجلس، حاضرین مجلس، سب دی صحت اور سلامتی واسطے سارے صلوات سنو. ایس تھوڑا جہا جڑا ممبر ہے نا جی، یہ ذاکر والا نہیں، اس واسطے سب تھوڑی تکلیف سب نہیں. ہوں سارے واسطے ایک کام کرو، ایک چھوٹا سٹول مل جائے اتنا، وہ اثر نہیں. بس ٹھیک ہے، سیٹنگ کر دی تھی، اگلے سال ان شاء اللہ تعالی آپ آ کے کرے سو. ہاں ٹھیک ہے ٹھیک ہے، یہ جی یہ چاہ کتاب کتاب اچھا ایک کوئی کپڑا گینا ہونا چھوٹا ایکسٹرا کپڑا اتنے بچھا کے. درود پڑھو محمد و آل محمد. حاضرین مجلس، واجب الاحترام معززین، حاضرین سامعین، امام حسین علیہ السلام دا گداگر اپنے بادشاہ دی گداگری واسطے حاضر خدمت، آؤ گنو بس ٹھیک ہے، بس گنو گنو بالکل ٹھیک ہے. یہ کتاب ہی ترک ٹھیک ہو گیا نا، بس ٹھیک ہے ٹھیک ہے. سر جی بابا دے بلند صلوات. جی جی اعوذ باللہ من الشیطان الرجیم. بسم اللہ، الرحمن الرحیم، بلند صلوات. والصلاة والسلام على اشرف الانبیاء والمرسلین، نعرہ حیدری. شبیر عرشیوں کے دکھوں کا علاج ہے، میرا پاک اللہ تہاڈی قدم قدم تے محافظت فرماوے، بانی مجلس کو مولا سکھ صحت تندرستی عطا فرماوے، شاہ صاحب کو مولا این تو زیادہ عزت بلندی اور ترقی عطا فرماوے. بس ہن تساں میرے پاس دیکھنے تے آؤ یہ کڑسو. اچھا ٹھیک ہے،
ਉਹਨੂੰ ਵੈਲਕਮ ਕਰੋ, ਬਿਲਕੁਲ ਸਹੀ। ਸ਼ਬੀਰ ਅਰਸ਼ੀਓ ਕੇ ਦੁਖੋ ਕਾ ਦੁਖੋ ਕਾ ਇਲਾਜ ਹੈ ਰਹਤੇ ਹੁਏ ਜ਼ਮੀਨ ਪੇ ਵਹਦਤ ਮਿਜ਼ਾਜ ਬੜੀ ਮਿਹਰਬਾਨੀ ਰਹਤੇ ਹੁਏ ਜ਼ਮੀਨ ਪੇ ਵਹਦਤ ਵਹਦਤ ਬਸ ਮੇਰੇ ਪਾਸੇ ਦੇਖ ਸੋ ਤੁਸੀਂ ਮਿਹਰਬਾਨੀ ਰਹਤੇ ਹੋਏ ਜ਼ਮੀਨ ਪੇ ਵਹਦਤ ਵਹਦਤ ਮਿਜ਼ਾਜ ਹੈ ਮਜਲਿਸ ਦਾ ਮਾਹੌਲ ਵਹਦਤ ਮਿਜ਼ਾਜ ਵਹਦਤ ਮਿਜ਼ਾਜ ਹੈ ਅਰਦ ਕਰ ਰਿਹਾ ਸ਼ਿਓ ਮੁਝੇ ਹੁਸੈਨ ਕੇ ਇਸ ਜ਼ਿਕਰ ਕੀ ਕਸਮ ਇਬਨੇ ਅਲੀ ਕਾ ਇਸ਼ਕ ਹੀ ਜੰਨਤ ਕਾ ਰਾਜ ਮਿਲ ਗਿਆ ਨਾਮੇ ਅਲੀ ਹੈਦਰੀ ਬੜੀ ਮਿਹਰਬਾਨੀ ਜਿਹਦੇ ਰਹੋ ਇਬਨੇ ਅਲੀ ਕਾ ਇਸ਼ਕ ਹੀ ਜੰਨਤ ਕਾ ਰਾਜ ਹੈ ਬੜੀ ਖੁਸ਼ੀ ਥਈ ਹੈ ਮੇਰੇ ਕੋ ਅੱਜ ਜਨਾਬ ਸਲੀਮ ਸ਼ਾਹ ਸਾਹਿਬ ਦੇ ਬਾਲ ਕੋ ਸੁਣ ਕੇ ਉੱਤੋਂ ਪੀਰ ਅਲਫਤ ਸ਼ਾਹ ਦੇ ਬਾਲ ਕੋ ਸੁਣ ਕੇ ਚੌਂਤਰੀ ਜ਼ਾਕਰ ਨਾਲ ਭਰੀ ਗਈ ਹੈ ਕਮਾਲ ਹੋ ਗਈ ਅਤੇ ਮੈਂ ਤਾਂ ਬੜਾ ਖੁਸ਼ ਹੋਇਆ ਅੱਲਾ ਇਹਨਾਂ ਕੋ ਜ਼ਿੰਦਗੀਆਂ ਦੇਵੇ ਬਾਲਾਂ ਕੋ ਅੱਲਾ ਇਹਨਾਂ ਕੋ ਦੁਹਾਂ ਤਾਲੀਮਾਂ ਵਿੱਚ ਕਾਮਯਾਬੀ ਤਾਂ ਮਜ਼ਹਬੀ ਤਾਲੀਮ ਅਕੈਡਮਿਕ ਤਾਲੀਮ ਮੌਲਾ ਇਹਨਾਂ ਕੋ ਜ਼ਿੰਦਗੀਆਂ ਦੇਵੇ ਸੁੱਖ ਦੇਵੇ ਤੇ ਵੱਡੇ ਨਾਂ ਤੇ ਵੱਡੇ ਰੁਤਬੇ ਦੇਵੇ ਤਬੀਅਤ ਮਿਜ਼ਾਜ ਬਿਹਤਰ ਹੈ ਅੱਜ ਦੀ ਇੱਕ ਖੂਬਸੂਰਤ ਮਜਲਿਸ ਇਹਦੇ ਵਿੱਚ ਮੈਂ ਜਨਾਬ ਕੋ ਕਸੀਦੇ ਵੀ ਸੁਣਵੇ ਨਾ ਮਸਾਇਬ ਵੀ ਸੁਣਵੇ ਨਾ ਮੌਲਾ ਦਾ ਪੂਰਾ ਜ਼ਿਕਰ ਕਰੇ ਸਾਂ ਮੇਰੇ ਭਰਾ ਰਾਜ਼ੀ ਥੀ ਵਨ ਤੁਸੀਂ ਇੱਕ ਮਿਲ ਕੇ ਦਰੂਦ ਪੜੋ ਮੁਹੰਮਦ ਵਾਲੇ ਨੂੰ ਜੀ ਜੀ ਅੱਛਾ ਅੱਜ ਮੇਰਾ ਦਿਲ ਹੈ ਜਿਹੜਾ ਮੈਂ ਜਨਾਬ ਕੋ ਕਸੀਦਾ ਸੁਣਵਾਵਾਂ ਮੇਰਾ ਆਪਣਾ ਦਿਲ ਹੈ ਉਹ ਮੈਂ ਆਪਣੀ ਮਰਜ਼ੀ ਨਾਲ ਪੜ ਸਾਂ ਇੱਕ ਕਸੀਦਾ ਉਹ ਤੋਂ ਬਾਅਦ ਵੱਲ ਮਜਲਿਸ ਜੋ ਥਈ ਮੌਲਾ ਦੀ ਅਤੇ ਵੱਲ ਲਿਖ ਵੀ ਆ ਕਸੀਦਾ ਅਤੇ ਜਿਵੇਂ ਜਿਵੇਂ ਤੁਹਾਡਾ ਦਿਲ ਲੱਗ ਸੀ ਆਓ ਨਾ ਮੈਂ ਜਿਹੜਾ ਕਸੀਦਾ ਪੜ੍ਹਨਾ ਚਾਹੁੰਦਾ ਉਹ ਕਸੀਦਾ ਸ਼ਾਹ ਜੀ ਮੈਂ ਉਹ ਕਸੀਦਾ ਲਿਖਾ ਆਈ 2000 ਮੇਰੇ ਖਿਆਲ ਵਿੱਚ 2008 ਜਾਂ 9 ਵਿੱਚ ਉਹਨੂੰ ਕਸੀਦੇ ਕੋਈ ਇਤਨੀ ਪਜ਼ੀਰਾਈ ਮਿਲੀ ਕਿ ਹੁਣ ਹਰ ਕਵਾਲੀ ਵਾਲਾ ਅਤੇ ਪਤਾ ਨਹੀਂ ਕਿੱਥਾਂ ਕਿੱਥਾਂ ਇੰਡੀਆ ਤੱਕ ਸਿੱਖਾਂ ਜਿਹੜੇ ਨਾ ਉਹ ਗਾਣਾ ਗਾਏ ਉਹ ਕਸੀਦਾ ਜਿਹੜਾ ਨਾ ਉਹ ਕੋ ਗਾਣੇ ਦੀ ਸ਼ਕਲ ਵਿੱਚ ਕਵਾਲੀ ਦੀ ਸ਼ਕਲ ਵਿੱਚ ਉਹ ਕਸੀਦੇ ਕੋ ਉਹਨਾਂ ਇੰਡੀਆ ਤੱਕ ਸਿੱਖਾਂ ਨੇ ਉਹ ਇਹਨਾਂ ਅਲੀ ਅਲੀ ਕਰਾ ਛੋੜੀ ਔਰ ਮੈਂ ਤਾਂ ਉਹ ਜਿਹੜੇ ਤੁਸੀਂ ਖੋਲੋ ਨੈੱਟ ਖੋਲੋ ਅਤੇ ਲਿਖੋ ਵੱਡਾ ਲਜਪਾਲ ਅਲੀ ਅਤੇ ਤਾਂ ਕੋ ਨਜ਼ਰ ਆਵੇ ਕਿ ਕੋਈ 20-40-50 ਹਜ਼ਾਰ ਦਾ ਪੰਡਾਲ ਹੈ ਜਿਹੜਾ ਅਲੀ ਅਲੀ ਕਰਦਾ ਪਿਆ ਜਿਹਦੇ 'ਚ ਸਿੱਖ ਹੀ ਸ਼ਾਮਿਲ ਹਨ ਜਿਹਦੇ 'ਚ ਹਿੰਦੂ ਹੀ ਸ਼ਾਮਿਲ ਹਨ ਅਤੇ ਮੁਸਲਮਾਨ ਹੀ ਸ਼ਾਮਿਲ ਹਨ ਵੱਡਾ ਲਜਪਾਲੇ ਅਲੀ ਇਹਦੇ 'ਚ ਕੋਈ ਸ਼ੱਕ ਨਹੀਂ ਵੱਡਾ ਲਜਪਾਲੇ ਅਲੀ ਉਹ ਲੱਗੀਆਂ ਨਿਭਾ ਜਾਣ ਦੇ ਸਰ ਜੀ
ਵਡਲ ਜਪਾਲੇ ਅਲੀ ਉਹ ਲੱਗੀਆਂ ਨਿਭਾ ਜਾਣਦੇ ਉਹ ਵਡਲ ਜਪਾਲੇ ਅਲੀ ਉਹ ਲੱਗੀਆਂ ਨਿਭਾ ਜਾਣਦੇ ਉਹ ਵਡਲ ਜਪਾਲੇ ਅਲੀ ਉਹ ਲੱਗੀਆਂ ਨਿਭਾ ਜਾਣਦੇ ਉਹ ਵਡਲ ਜਪਾਲੇ ਅਲੀ ਉਹ ਲੱਗੀਆਂ ਨਿਭਾ ਅੱਲਾ ਪਾਕ ਦੀ ਕਸਮ ਹੈ ਸਾਦਾਤ ਗੈਰ ਸਾਦਾਤ ਈ ਕਾਇਨਾਤ ਵਿੱਚ ਅਲੀ ਹਿੱਕੇ ਕਾਇਨਾਤ ਦਾ ਪਹਿਲਾ ਔਰ ਆਖਰੀ ਜੀਨੀਅਸ ਅਲੀ ਕਾਇਨਾਤ ਇਸ ਕਾਇਨਾਤ ਵਿੱਚ ਪਹਿਲਾ ਔਰ ਆਖਰੀ ਲੈਜੈਂਡ ਅਲੀ ਜਿਨ੍ਹਾਂ ਦੀ ਤਵੱਜੋ ਨਹੀਂ ਇਸ ਸਤਰ ਤੇ ਮੁੱਕ ਗਈ ਅਰਸ਼ ਅਲੀ ਤੂੰ ਵੱਡਾ ਲਜਪਾਲ ਕੌਣ ਹੈ ਜਿਹਦੇ ਨਾਲ ਤੂੰ ਸਰਨਾ ਜਿਹਦੇ ਨਾਲ ਤੂੰ ਸਰਨਾ ਤੋੜ ਪਚਾ ਸੋਹਣਾ ਮੇਰਾ ਮੌਲਾ ਨਵਾਂ ਬੰਦਾ ਨਵਾਬੇ ਅਲੀ ਸੋਹਣਾ ਮੇਰਾ ਮੌਲਾ ਨਵਾਂ ਬੰਦਾ ਨਵਾਬੇ ਅਲੀ ਲਾਲ ਕਲੰਦਰ ਸੋਹਣਾ ਮੇਰਾ ਮੌਲਾ ਦੁਨੀਆ ਦਾ ਨਵਾਬ ਨਹੀਂ ਅਲੀ ਅਲੀ ਦੁਨੀਆ ਦਾ ਨਵਾਬ ਨਹੀਂ ਹਸਨ ਹੁਸੈਨ ਗਾਜ਼ੀ ਤੇ ਹੁਕਮ ਚਲਾ ਆ ਤੁਝੇ ਹੈਦਰੀ ਬੜੀ ਮਿਹਰਬਾਨੀ ਜੀਂਦੇ ਰਹੋ ਅਲੀ ਕੋਈ ਆਮ ਨਵਾਬ ਨਹੀਂ ਅਲੀ ਦੁਨੀਆ ਦਾ ਨਵਾਬ ਨਹੀਂ ਅਲੀ ਤਾਰਸ਼ਾਂ ਦਾ ਨਵਾਬ ਏ ਉਹ ਮੁਲਤਾਨ ਵਾਲੇ ਆਓ ਦੱਸਾਵਾਂ ਲਜਪਾਲ ਤੇ ਨਵਾਬ ਤੇ ਅਮੀਰ ਕਿਵੇਂ ਆਉਂਦੇ ਨੇ ਉਹ ਸੋਹਣਾ ਮੇਰਾ ਮੌਲਾ ਅਮੀਰਾਂ ਦੇ ਅਮੀਰ ਕੀੜਿਆਂ ਤੂੰ ਲੈ ਇਨਸਾਨ ਨੂੰ ਰਿਜ਼ਕ ਵੰਡਾ ਅਲੀ ਲਾਲ ਕਲੰਦਰ
مہربانی نوا بند نوا بیلی امیر نے امیر علی چاچا جی قرآن پاک دی قسم ہے تو سا گھندے پیو تو شالا گھندے رہو تے شالا کروڑا تے اربا سا گھنو بندہ قصیدہ شیعہ دے قبرستان چ پڑے مردے اٹھی باندے نا او میرے سر ہلا ونا لے اللہ جانے کیویں سر پہلے دے ہو جنہ میرے دو مصرے پچائیں میں تریجا مصرا پڑا انہ دیواراں دے ہاتھوں دے ہوئے کھڑے نہ ہوئے نا ول وسیمہ بات دے آمن دا فیدہ میں پیا پڑ دا او سونا میرا ماں ولی دا ولی علی مولا تے فتوے لاون والا سر جی ذرا میری گل سنے نوا بندہ نوا بیلی امیر دا امیر علی میرے مولا علی تے جڑا فتوے لاوے ہوں دے نال اک نکی جی گل کرے نا تو پتہ نہیں کتھاں تو لانا دا حقدار تو لاوے علی میرے مولا نال مقابلے او دشمن علی آتے کو تیری اوقات دساوا زکریہ ٹاؤن اچ شاہ صاحب دے گھر کھڑو کے علی دے دشمن دی ویلیو دساوا تے علی علیہ السلام دی عزت سنواوا سونا میرا مولا ولی دولی گھر دا ویرا بھول او عرشان دے راہ جان دے حیدر 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 تجھے حیدری بیٹھے ہو نوکرا جاگ دے رہو ہے جین دے رہو طبیعت لگی پئی ہے نا میں تے شاہ جی بڑے وجہ دے چکڑا اور میں قصیدہ پڑھے ہی اپنی شاہ جی بڑی مہربانی اپنی دل دی تسکین واسطے پڑھے حالانکہ نہ کہیں نے فرمائش کیتی ہے نہ کہیں نے آکھے میرے دل لادا پی آئی کہ میں علی علیہ السلام دی عزت پڑا شاہ جی نوا بند نوا بے علی امیران دا امیر علی ولیاں دا ولی علی مرے پاس رکھائے او سونا میرا مولا سخیت تکے سوالی جے کرن سوال آوے سوالی جے کرن سوال آوے مہارام نپا جان دے وڈا لج پال حیدری جان دے وڈا لج پال علی علی لگی انفا جان دے
ਵੱਡਾ ਲਜ ਪਾਲੇ ਅਲੀ ਉਹ ਲੱਗੀ ਅਨਿਭਾ ਜਾਣ ਦੇ ਉਹ ਵੱਡਾ ਲਜ ਪਾਲੇ ਅਲੀ ਉਹ ਸੋਹਣਾ ਮੇਰਾ ਮੌਲਾ ਰਹੀਮ ਤੇ ਕਰੀਮ ਸ਼ੇਰ ਪੜਸਾ ਅਲੀ ਦੀ ਇੱਜ਼ਤ ਇਹਨਾਂ ਦੀਵਾਰਾਂ ਵਿੱਚ ਅਲੀ ਅਲੀ ਦੀ ਆਵਾਜ਼ ਆਵੇ ਮੇਰਾ ਬਦਰੀ ਕਹੇ ਕਿਤਨੇ ਰਹੀਮ ਉਹ ਸੱਗ ਸਦਵਾਵਣ ਵਾ ਸੱਗ ਸਦਵਾਵਣ ਵਾ ਸੱਗ ਸਦਵਾਵਣ ਵਾ ਕਲੰਦਰ ਬਣਾ ਆ ਤੁੱਚੇ ਜ਼ਿੰਦਗੀ ਹੋਵੇ ਜੀਂਦੇ ਰਹੋ ਵਸਦੇ ਰਹੋ ਸਲਾਮਤ ਰਹੋ ਨਵਾਂ ਬੰਦ ਨਵਾਂ ਬੇਲੀ ਅਮੀਰਾਂ ਦਾ ਅਮੀਰ ਅਲੀ ਵਲੀਆਂ ਦਾ ਵਲੀ ਅਲੀ ਤਵਜੋ ਹੈ ਨਾ ਚਾਚਾ ਜੀ ਸਖੀਆਂ ਦਾ ਸਖੀ ਅਲੀ ਬੋਲੋ ਬੱਚਾ ਜੀ ਰਹੀਮ ਤੇ ਕਰੀਮ ਅਲੀ ਬੋਲੋ ਤਾਂ ਸਹੀ ਹੈਲੋ ਨੌਜਵਾਨ ਮੇਰੇ ਪਾਸੇ ਦੇਖੇ ਤੇਰੇ ਵਾਸਤੇ ਪੜ੍ਹਦੇ ਖੜਿਆ ਏ ਪੰਜ ਸ਼ੇਰ ਪੜ੍ਹਨ ਨਾ ਛੇਵਾਂ ਸ਼ੇਰ ਸੁਣਾਏ ਤੇ ਗੌਰ ਕਰਾਏ ਉਹ ਸੋਹਣਾ ਮੇਰਾ ਮੌਲਾ ਸਰ ਜੀ ਜ਼ਰਾ ਗੌਰ ਕਰਾਏ ਨਵਾਬ ਦਾ ਨਵਾਬ ਅਮੀਰਾਂ ਦਾ ਅਮੀਰ ਸਖੀਆਂ ਦਾ ਸਖੀ ਵਲੀਆਂ ਦਾ ਵਲੀ ਰਹੀਮ ਤੇ ਕਰੀਮ ਆਦਿਲ ਇਮਾਮ ਅਲੀ ਮੇਰੇ ਪਾਸ ਰਿਖਾਏ ਉਹ ਸੋਹਣਾ ਮੇਰਾ ਮੌਲਾ ਉਹ ਅੱਲਾ ਦੇ ਕਰੀਬ ਮੇਰਾ ਮੌਲਾ ਅਲੀ ਬੰਦੇ ਅੱਜ ਵੀ ਚੋਪੀ ਨਹੀਂ ਦੋਜ਼ਖ ਦੇ ਬੂਹੇ ਉੱਤੋਂ ਹੱਥ ਨਾ ਪਿਕੇ ਉਹ ਜੰਨਤ ਪੁੱਛਾ ਜਾਣਦੇ ਉਹ ਵੱਡਾ ਲਜ ਪਾ ਸਾਰਿਆਂ ਕੋ ਅਲੀ ਹੱਕ ਅਲੀ ਅਲੀ ਸ਼ੇਰ ਤੋਂ ਮੁਕੰਮਲ ਕੀਤਾ ਕਰੋ ਯਾਰ ਉਹਦਾ ਪੜੀ ਖੜੇ ਹੋ ਬਈ ਫੜ ਗਏ ਸ਼ਾਬਾਸ਼ ਥੈਂਕ ਯੂ ਮਜਲਿਸ ਚ ਜੀਂਦੇ ਰਹੋ ਯਾਰ ਮਜਲਿਸ ਚ ਬੋਲਣ ਵਾਲਾ ਮਜਲਿਸ ਚ ਨਾਰਾ ਮਾਰਨ ਮਜਲਿਸ ਚ ਬੋਲਣ ਇਬਾਦਤ ਏ ਸ਼ਾਹ ਜੀ ਬੰਦਾ ਬਹਿਰ ਚੌਕਾਂ ਚ ਹਾਲ ਹਾਲ ਗੱਤੀ ਰੱਖੇ ਤੇ ਜਿੱਥੇ ਬੰਦੇ ਮੌਲਾ ਦੇ ਜ਼ਿਕਰ ਚੁੱਪ ਕਰ ਵਜੇ ਕੋਈ ਗੱਲ ਲੈ ਕਰਨ ਵਾਲੀ ਤੇ ਇਹਦਾ ਅਜਰ ਹੀ 14 ਅਤਾ ਕਰੇ ਸਨ ਮਾਸੂਮ ਫਰਮੈਨ ਤੁਸੀਂ ਆਈ ਸਾਡੇ ਜ਼ਿਕਰ ਚ ਬੋਲਿਓ ਕੱਲ ਅਸਾਂ 14 ਤੁਹਾਡੇ ਹੱਕ ਚ ਬੋਲੇ ਮੇਰੇ ਕਸੀਦਾ ਨਹੀਂ ਮੁੱਕਾ ਜਿਹੜਾ ਦਾਦ ਨਾ ਦੇ ਸੀ ਜਿਹੜਾ ਨਾ ਬੁਲੇ ਸੀ ਨਾਰਾ ਨਾ ਮਰੇ ਸੀ ਉਸ ਕੋ ਬਾਸੀਆਂ ਹੀ ਆਸਨ ਉਸ ਕੋ ਬਾਸੀਆਂ ਹੀ ਆਸਨ ਦੇਖੋ ਜਿਹੜਾ ਬੰਦਾ ਵਿੱਚ ਰਾ ਸੀ ਨਾ ਮਜਲਿਸ ਦੇ ਵਿੱਚ ਉਹ ਕੋ ਕੁਝ ਨਹੀਂ ਦੀਵਣਾ ਸਰ ਜੀ ਮੈਂ ਉਹ ਸਰ ਜੀ ਨਹੀਂ ਸਮਝਦੇ ਇਹ ਦੋ ਤਰੇ ਬੰਦੇ ਸੁੱਤੇ ਹੋਏ ਲਿਖਾਵਾ ਕਮਾਲ ਪੈ ਕਰੇ ਦਿਓ ਮੈਂ ਤਾਂ ਬੰਦੇ ਸੁੱਤੇ ਹੋਏ ਦਿਸਾਵਾਂ ਦੋ ਬੰਦੇ ਨਾ ਸੁੱਤੇ ਹੋਏ ਲਿਖਾਵਾ ਇਹ ਮੈਂ ਸੱਤਵਾਂ ਮਿਸਰਾ ਪਿਆ ਪੜਦਾ ਤੇ ਦੇਖੋ ਜਾਗਦੇ ਮੈਂ ਸੱਤ ਸ਼ੇਰ ਪੜਨ ਨਵਾਬ ਦਾ ਨਵਾਬ ਅਲੀ
تے بندے آخر آدھے حسن وسیم عباس قصیدہ مکا کیویں مکاواں نہ علی دی عزت مکے نہ قصیدہ مکے میں آخیا وسیم عباس کوئی رزلٹ مومنا کو دیویں آ مومن مولا دے کوئی تا نتیجہ گنے نہ نواباں دا نواب امیراں دا امیر سخیاں دا سخی ولیاں دا ولی عادل امام علی رحیم تے کریم علی اللہ دے قریب علی جنہاں سوچ سوچ کے تھک پیاں شاہ جی شمیم شاہ جی ول میں کو مجبوراً آکھنا پہ گیا او سونا میرا مولا او سمجھ جا دا نتیجہ شاجی چاچا جی مولا اللہ دیا او جانے اللہ دیا او جانے تے اون دیا خدا جانے دے وجل دفاع سارے ہاتھ چاہ کے حیدر 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 ہاتھ اونچے حیدری خوش تھی میرے بھرا دی طبیعت لگی ہے میرے بھرا خوش تھے جیندے رہو مجمع جی جاگدا پے مجمع بڑا فریش ہے مجمع کیوں نہ جاگ سی کوئی مجمع دن مجمے کو کہ بھائی 8:30 بجے شام کو سی مجمع دعا کو اٹھا دیتے رتبے حضرت عمران دے قرآن سیندا ہے نعرہ حیدری رتبے حضرت عمران دے قرآن لسیندا اے سر جی ذرا غور کرے رتبے حضرت عمران دے بزرگ ساری زندگی ذاکری سنی وے شاعری سنی وے شاہ جی ذرا میری 70 سنائے الفت شاہ جی رتبے حضرت عمران دے قرآن ڈسیندا ہے سرائکیے تے بڑی مٹھی سرائکیے تے ایویں 70 ایویں ونجاون والی نہ ہو سی مت سمجھو بھائی 70 ونجی ویسی نہیں اتری 70 تسا اتنی طاقتور سن سو تھوڑی طبیعت خوش ہو جائے گی رتبے حضرت عمران دے عمران آئے پہلے قرآن آئے بعد نہیں مباس پہلے عمران والا ہے قرآن ہن اگلی 70 پہلے اسی قرآن والا سی عمران ان دی خوبصورتی لکھا ہے اور ان دا مقصد لکھا ہے کی میں واضح ہو رہے اور رتبے حضرت عمران دے قرآن سیندا ہے او جڑے ہیں وارث قرآن دے عمران پلیندا ہے باتیں جیندے رہو بسدے رہو بسدے رہو میں راضی آنا رہے دری او جڑ گن وارث قرآن دے عمران پلیندا ہے جڑ گن وارث قرآن دے عمران پلیندا ہے
ਉਹ ਰੁਤਬੇ ਹਜ਼ਰਤ ਇਮਰਾਨ ਦੇ ਕੁਰਾਨ ਦੱਸਦਾ ਹੈ ਉਹ ਜਿਹੜੇ ਵਾਰਿਸ ਕੁਰਾਨ ਦੇ ਇਮਰਾਨ ਪਲੇਂਦਾ ਬੋਲੋ ਪਾਲਣਾ ਜਿਹੜੇ ਵਾਰਿਸ ਇਸਲਾਮ ਦੇ ਵਾਰਿਸ ਕੁਰਾਨ ਦੇ ਵਾਰਿਸ ਜਿਹੜੇ ਕਿਹੜੇ ਇੱਕ ਪਲ ਕੇ ਪਾਕ ਨਬੀ ਪਲ ਕੇ ਪਾਕ ਅਲੀ ਇੱਕ ਪਲ ਕੇ ਪਾਕ ਨਬੀ ਵੀ ਪਲ ਕੇ ਪਾਕ ਅਲੀ ਬੋਲੋ ਕੁੱਲੇ ਇਮਾਨਦਾਰ ਨਾਰਾ ਹੈਦਰੀ ਮੁਰਸ਼ਿਦ ਇੱਕ ਪਲ ਕੇ ਪਾਕ ਨਬੀ ਵੀ ਪਲ ਕੇ ਪਾਕ ਬੋਲੋ ਤਾਂ ਸਹੀ ਬੋਲੋ ਤਾਂ ਸਹੀ ਇੰਜੇ ਗੱਲ ਹੈ ਨਾ ਸਰ ਜੀ ਮੇਰੇ ਮੇਰੀ ਅਗਲੀ ਸਤਰ ਦੇ ਖਿਦਰ ਸ਼ਾਹ ਜੀ ਮੇਰੇ ਕੋ ਅੱਲਾ ਦੇ ਫਰਿਸ਼ਤੇ ਹੀ ਦਾਤ ਦੇ ਮੈਨੂੰ ਮੈਂ ਪਿਆ ਪੜਦਾ ਉਹ ਜਿਹੜੇ ਗਿਨ ਵਾਰਿਸ ਕੁਰਾਨ ਦੇ ਇਮਰਾਨ ਪਲੇਂਦਾ ਹੈ ਜਿਹੜੇ ਗਿਨ ਵਾਰਿਸ ਕੁਰਾਨ ਦੇ ਇੱਕ ਪਲ ਕੇ ਪਾਕ ਨਬੀ ਪਲ ਕੇ ਪਾਕ ਅਲੀ ਉਹ ਇੱਕ ਰਾਜ਼ਕ ਦਾ ਮਹਿਬੂਬ ਹੈ ਬੀ ਰਿਜ਼ਕ ਵੰਡੇਂਦਾ ਹੈ ਮਿਲ ਕੇ ਨਾਰੇ ਹੈਦਰੀ ਜ਼ਿੰਦਗੀ ਹੋਵੇ ਮਹਿਬੂਬ ਹੈ ਰਿਜ਼ਕ ਵੰਡੇਂਦਾ ਹੈ ਕਿ ਰਾਜ਼ਕ ਦਾ ਮਹਿਬੂਬ ਹੈ ਦੂ ਪੁੱਤਰ ਦੂ ਬੱਚੇ ਹਜ਼ਰਤ ਇਮਰਾਨ ਪਾਲੇ ਇੱਕ ਨਬੀ ਬਣਿਆ ਚਾਚਾ ਜੀ ਸ਼ਾਹ ਜੀ ਇੱਕ ਵਲੀ ਇੱਕ ਅਲੀ ਬਣਿਆ ਦੋ ਵਲੀ ਪਾਲੇ ਬਾਈ ਜੀ ਇੱਕ ਨਬੀ ਬਣਿਆ ਬਾਈ ਜਾਨ ਇੱਕ ਅਲੀ ਬਣਿਆ ਜਿਹੜਾ ਅਲੀ ਬਣਿਆ ਉਹਦੇ ਗੁੱਡੂ ਬਚੜੇ ਯਾਨੀ ਹਜ਼ਰਤ ਇਮਰਾਨ ਦੇ ਦੋ ਪੋਤਰੇ ਮੇਰੇ ਪਾਸ ਰਿਖਾ ਹੈ ਹੁਣ ਪਿਆ ਪੜਦਾ ਇੱਕ ਪੋਤਰਾ ਜਾਗਦਾ ਮੀਰ ਜਿਹੜਾ ਨਾਨੇ ਦੀ ਤਸਵੀਰ ਬੋਲੋ ਸਰ ਜੀ ਸ਼ਾਲਾ ਵਸਦੇ ਰਹੋ ਸ਼ਾਲਾ ਜੀਂਦੇ ਰਹੋ ਸ਼ਾਲਾ ਤਾਂ ਕੋ ਕਦੇ ਕੁਝ ਨਾ ਥੀਵੇ ਸ਼ਾਲਾ ਅਲੀ ਅਲੀ ਕਰੇਂਦੇ ਰਹੋ ਸ਼ਾਲਾ ਹੁਸੈਨ ਹੁਸੈਨ ਕਰੇਂਦੇ ਰਹੋ ਹੁਣ ਮੁਲਤਾਨ ਵਾਲਿਓ ਹੁਣ ਚੌਂਤਰੀ ਵਾਲਿਓ ਹੁਣ ਜਿੱਤੂ ਜਿੱਤੂ ਆਇਓ ਹੁਣ ਬਾਨੀਏ ਮਜਲਿਸ ਹੁਣ ਮੀਜ਼ਬਾਨ ਹੁਣ ਮਹਿਮਾਨ ਹੁਣ ਜ਼ਾਕਿਰ ਹੁਣ ਸਾਰੇ ਮੇਰੇ ਪਾਸ ਰੀਕਾ ਹੁਣ ਨਾਜ਼ਮੀ ਮਿੰਬਰ ਹੁਣ ਪਤਾ ਲੱਗ ਸੀ ਮੇਰੀ ਸੱਤਰ ਕੌਣ ਕੌਣ ਸੁਣਦਾ ਮੈਂ ਪਿਆ ਪੜਦਾ ਇੱਕ ਪੋਤਰ ਜਾਗਦਾ ਅਮੀਰ ਪੋਤਰਾ ਇਸ ਇਮਰਾਨ ਦਾ ਮਕਸੂਮ ਲਿਖੇਂਦਾ ਹੈ ਜ਼ਿੰਦਗੀ ਹੋਵੇ ਉਹ ਵੀ ਪੋਤਰਾ ਇਸ ਇਮਰਾਨ ਦਾ ਮਕਸੂਮ ਲਿਖੇਂਦਾ ਹੈ ਇੱਕ ਵੀ ਆ ਸ਼ੇਰ ਪੜਦਾ ਹਜ਼ਰਤ ਇਮਰਾਨ ਤੇ ਫਤਵੇ ਲਾਵਣ ਵਾਲਾ ਜਿਹੜਾ ਵੀ ਬੰਦਾ ਤੁਸਾਂ ਵੀ ਆਖਾ ਏ ਜਿਹੜਾ ਵੀ ਬੰਦਾ ਹਜ਼ਰਤ ਇਮਰਾਨ ਤੇ ਫਤਵਾ ਲਾਵੇ ਸਾਰੇ ਅਗਰ ਕਦੇ ਮਿਲ ਵਜੇ ਤਾਂ ਉਹ ਜ਼ਰੂਰ ਆਖਾ ਏ ਤੂੰ ਪੜਦਾ ਹੈ ਕੁਰਾਨ ਤੂੰ ਪੜ ਕੇ ਵੀ ਨਾਦਾ ਪੜਦਾ
پڑھ کے بھی نادان او قرآن تا اس عمران دا ایمان دسے دا بڑی مہربانی سر جی نو مجھے یہ اسٹیج وسیم عباس چھڑ دے گا آگے سر جی قرآن تا اس عمران دا ایمان دسے دا بولو یار تسا کوئی تو پوچھو چا امار تسا پوچھو وسیم بھائی مولا دے ذاکر ہو تسا پوچھو وسیم بھائی قرآن حضرت عمران دا ایمان کیویں دسیندا ہے او امار میں تاکو جواب دیواں قرآن دی بن گئی شان سورہ آل عمران سر جی ان دی اگلی سطر تے غور کرائے اللہ جانے کے کچھ سمجھ آ سی قرآن دی بن گئی شان سورہ آل عمران او سورہ آل عمران او رب اپنے گھر دے بندے سردار بنے دا یا حسین ہے بابا حسین ہے یا حسین ہے بابا حسین ہے اج ویکھ دنیا تے جا جا حسین ہے یا حسین ہے بابا حسین ہے یا حسین ہے بابا حسین ہے اج ویکھ دنیا تے جا جا حسین ہے دے جا جا حسین ہے پہلے نماز ہے نماز کو بچایا حسین دا مقصد مقصد حسین پیا پڑھدا مقصد حسین پیا پڑھدا ملتان والے حسین دا مقصد کیڑائی پہلے نماز ہے نماز کو بچایا سجدہ عظیم ہاں عظیم کر وکھایا سجدہ عظیم ہاں عظیم کر وکھایا باطل دے نال لڑنا حق نال حق تے کھڑنا باطل دے نال لڑنا حق نال حق تے کھڑنا غیرت دے نال مرنا دسیا حسین کیا بات ہے اس مجلس کی قبولیت دی کیا بات ہے شاہ جی تہاڈی مجلس بڑی قبول ہے بڑی روحانیت شالا بس دے رہو چاچا جی میں ول پیا پڑھدا باطل دے نال لڑنا حق نال حق تے کھڑنا باطل دے نال لڑنا حق نال حق تے کھڑنا غیرت دے نال مرنا دسیا حسین ہے 6 مارچ شاہ صاحب کول مجلس ہو سی چونتری چک سید الفت حسین شاہ صاحب کول 8 مارچ میرے والد صاحب دی برسی شاہ شمس دربار تے ہو سی سارے تشریف گن ناسو بس بھائی جان فون مکا دیو محمد صاحب پیا پڑھ دا حسین بڑا بڑا غریب ہے حسین ذات دا غریب نہیں حسین حسین بڑا بڑا مظلوم ہے چاچا جی
ਜਿਤਨਾ ਵੱਡਾ ਮਜ਼ਲੂਮ ਹੈ ਯੂ ਤੂੰ ਹੀ ਵੱਡਾ ਸਾਬਰੇ ਪੁੱਛੋ ਤਾਂ ਸਹੀ ਵਸੀਮ ਅਬਾਸ ਹੁਸੈਨ ਕਿਤਨਾ ਸਾਬਰੇ ਰੋਂਦੇ ਰੋਂਦੇ ਮਰਨ ਵੈਸੋ ਆਓ ਸਬਰ ਦੇਖੋ ਸਾਬਿਰ ਜਹਾਨ ਤੇ ਹੁਸੈਨ ਜੈਸਾ ਕੋਈ ਨਹੀਂ ਸਾਬਿਰ ਜਹਾਨ ਤੇ ਹੁਸੈਨ ਜੈਸਾ ਕੋਈ ਨਹੀਂ ਮਜ਼ਲੂਮ ਲਬ ਸੇ ਤਲਬਣਾ ਐਸਾ ਕੋਈ ਨਹੀਂ ਮਜ਼ਲੂਮ ਲਬ ਸੇ ਤਲਬਣਾ ਐਸਾ ਕੋਈ ਨਹੀਂ ਅਕਬਰ ਦੀ ਲਾਸ਼ ਚਾ ਕੇ ਵਿੱਚ ਖੈਮਿਆਂ ਦੇ ਆ ਕੇ ਅਕਬਰ ਦੀ ਲਾਸ਼ ਚਾ ਕੇ ਵਿੱਚ ਖੈਮਿਆਂ ਦੇ ਆ ਕੇ ਅਕਬਰ ਦੀ ਲਾਸ਼ ਚਾ ਕੇ ਵਿੱਚ ਖੈ ਸੁਣੇ ਆ ਕੇ ਗੱਲ ਨਾਲ ਬੇਣੀ ਲਾ ਕੇ ਰੋਂਦਾ ਹੁਸੈਨ ਕੀ ਬਾਤ ਹੈ ਅਜਣ ਲਈ ਨੌਕਰਾਂ ਮੈਂ ਨੌਕਰਾਂ ਅਕਬਰ ਦੀ ਲਾਸ਼ ਚਾ ਕੇ ਵਿੱਚ ਖੈਮਿਆਂ ਦੇ ਆ ਕੇ ਅਕਬਰ ਦੀ ਲਾਸ਼ ਚਾ ਕੇ ਵਿੱਚ ਖੈਮਿਆਂ ਦੇ ਆ ਕੇ ਗੱਲ ਨਾਲ ਭੇਣ ਲਾ ਕੇ ਰੋਂਦਾ ਹੁਸੈਨ ਹੈ ਜੇ ਕੋ ਹੁਣ ਤੱਕ ਹੰਜ ਨਹੀਂ ਆਈ ਆਓ ਹੁਸੈਨ ਦੀਆਂ ਕੁਰਬਾਨੀਆਂ ਦੱਸਾਂ ਜੇ ਕੋ ਹੰਜ ਨਾ ਆਵੇ ਕਿਸਮਤ ਕੋ ਆਖੇ ਇਮਾਮ ਹੁਸੈਨ ਦੇ ਗਮ ਵਿੱਚ ਇੱਕ ਹੰਝ ਤੁਹਾਡੀ ਆ ਗਈ ਨਾ ਇਮਾਮ ਹੁਸੈਨ ਦੇ ਗਮ ਵਿੱਚ ਇੱਕ ਹੰਝ ਤੁਹਾਡੀ ਆ ਗਈ ਤੁਹਾਡੀ ਜੰਨਤ ਦਾ ਮੇਰਾ ਮੌਲਾ ਜ਼ਾਮੇ ਨੇ ਮੇਰੀ ਵੱਡੀ ਸਹਿਣ ਜ਼ਾਮੇ ਨੇ ਮੇਰੀ ਦੁੱਖੇ ਪਾਸੇ ਵਾਲੀ ਜ਼ਾਮੇ ਨੇ ਮੇਰੇ ਪਾਸੇ ਲਿਖਾਏ ਕਿਉਂ ਰੋਨੇ ਆਏ ਆਓ ਲਸਾਵਾਂ ਭੇਣੀ ਦੇ ਬੁਰਕਿਆਂ ਦਾ ਮਾਣ ਚਾ ਕੁਹਾਇਆ ਰੋ ਰੋ ਕੇ ਵੀਰ ਕੋ ਚਮਕ ਤਲ ਚ ਸਮਾਇਆ ਰੋ ਸੋ ਨਹੀਂ ਵੀਰ ਕੋ ਚਮਕ ਕਿਵੇਂ ਨਾ ਰੋਸ ਸਮਾਇਆ ਗਾਜ਼ੀ ਦੇ ਬਾਜ਼ੂ ਚਾ ਕੇ ਆਪਣੀ ਕਮਰ ਝੁਕਾ ਕੇ ਗਾਜ਼ੀ ਦੇ ਬਾਜ਼ੂ ਚਾ ਕੇ ਆਪਣੀ ਕਮਰ ਝੁਕਾ ਕੇ ਖਾਲੀ ਮਸ਼ਕ ਉਠਾ ਕੇ ਵੱਲਿਆ ਹੁਸੈਨ ਕਰਾਂ ਭੇਣੀ ਦੇ ਬੁਰਕਿਆਂ ਦਾ ਮਾਣ ਚਾ ਕੁਹਾਇਆ ਭੇਣੀ ਦੇ ਬੁਰਕਿਆਂ ਦਾ ਮਾਣ ਚਾ ਕੁਹਾਇਆ ਰੋ ਰੋ ਕੇ ਵੀਰ ਕੋ ਚਮਕ ਤਲ ਚ ਸਮਾਇਆ ਰੋ ਰੋ ਕੇ ਵੀਰ ਕੋ ਚਮਕ ਤਲ ਚ ਸਮਾਇਆ ਗਾਜ਼ੀ ਦੇ ਬਾਜ਼ੂ ਚਾ ਕੇ ਆਪਣੀ ਕਮਰ ਝੁਕਾ ਕੇ ਗਾਜ਼ੀ ਦੇ ਬਾਜ਼ੂ ਚਾ ਕੇ ਆਪਣੀ ਕਮਰ ਝੁਕਾ ਕੇ ਮਸ਼ਕ ਉਠਾ ਕੇ ਵਲਿਆ ਹੁਸੈਨ ਹੈ ਸਈਆ ਦਾ ਦੈ ਮੈਂ ਲਹਿ ਬੈਠਾ ਮੇਰੀ ਮੁੱਕ ਗਈ ਹੈ ਤੂੰ ਵਲ ਵਨ ਖੈਮਾ ਗਾ ਦੋ ਸਈਆ ਦਾ ਦੈ ਏ ਪਗ ਤਲਵਾਰ ਅਮਾਨਤ ਹੈ ਵੰਜਦੇ ਵੇ ਆਉਣ ਦੀ ਨਹੀਂ ਸੁਣੇ ਤੁਸੀਂ ਨਹੀਂ ਸਮਝੇ ਜ਼ੁਲਜਨਾ ਦੇ ਭੇਣ ਮਿਲਵਾਵਾਂ ਗੋਡੀ ਲਾ ਕੇ ਆਦੇ ਚੜਾ ਦੀ ਮਿਲਵਾਵਾਂ ਨਹੀਂ ਸਮਝੇ ਪਾਸਾ ਲਾ ਕੇ ਆਦੇ ਚੜਾ ਮਦੀਨੇ ਪੁਚਾਵਾਂ ਸਯਾਦਾ ਦੇ ਵੱਲ ਵੱਲ ਮੈਂ ਨਹੀਂ ਬਚਦਾ ਆਦੇ ਕਿਵੇਂ ਮੰਨਿਆ ਤੇਰੀ ਮਾਂ ਨਾਲ ਵਾਦਾ ਜੋ ਕੀਤਾ ਹੋਏ ਸਯਾਦਾ ਦੇ ਕਿਵੇਂ ਆਦੇ ਜੇ ਹੁਕਮ ਕਰੇ ਤਾਂ ਦੱਸਾਂ ਸਯਾਦਾ ਦੇ ਦੱਸ ਆਪਣੀ ਜ਼ੁਬਾਨ ਚਾਦੇ ਸੁਣਦੇ ਪਏ ਆਦੇ ਯਾਦ ਕਰੋ ਤੁਹਾਡਾ ਵੀ ਸੰਨ ਛੋਟਾ ਹਾ ਮੇਰਾ ਵੀ ਸੰਨ ਛੋਟਾ ਤੁਹਾਡਾ ਬਾਬਾ ਅਲੀ ਮੈਂ ਕੁਵੇੜੇ ਘਿਨਾਇਆ
ਤੁਹਾਡੇ ਬਾਬੇ ਅਲੀ ਮੈਂ ਕੋ ਬੁਲਾਇਆ, ਤੁਹਾ ਕੋ ਚਾ ਕੇ ਮੇਰੇ ਤੇ ਸਵਾਰ ਕਰਾਇਆ, ਤੁਹਾਡੀਆਂ ਬੇਣੀ ਦੇ ਦੀਆਂ ਖੜੀਆਂ, ਤੁਹਾਡੀ ਪਾਕ ਮੰਦਿਰ ਗਈ ਆਈ, ਜਦੋਂ ਵਾਪਸ ਆਈ ਆਈ ਆਪਣੀ ਚਾਦਰ ਚ ਜੋ ਚਾ ਕੇ ਆਈ ਆਈ, ਮੈਂ ਕੁਆ ਕਿਆ ਇਸ ਘੋੜਾ ਮੈਂ ਉਹ ਬੀਬੀਆਂ ਜਿਹਦਾ ਸੂਰਜ ਹਯਾ ਕਰੇ ਦੇ, ਇਹ ਮੈਂ ਜ਼ਹਰਾ ਦੀ ਚਾਦਰ ਇਹਦੇ ਵਿੱਚ ਜੋ ਖਾ, ਮੇਰੇ ਨਾਲ ਵਾਦਾ ਕਰ ਮੇਰੇ ਹੁਸੈਨ ਕੋ ਕੱਲਾ ਨਾ ਛੋੜੇ। ਕਿਆ ਬਾਤ ਹੈ ਯਾਰ, ਕਿਆ ਬਾਤ ਹੈ, ਸ਼ਾਲਾ ਵਸਦੇ ਰਹੋ ਉਵੇਲੇ ਸਯਾਦ ਰੁਨ ਸਯਾਦ ਦੇ ਮੈਂ ਲਹੇ ਬੈਠਾ ਮੇਰੀ ਮੁੱਕ ਗਈ ਏ ਤੂੰ ਵੱਲ ਵੰਨ ਖੈਮਾ ਗਾ ਦੋ ਓ ਏ ਪੱਗ ਤਲਵਾਰ ਅਮਾਨਤ ਹੈ। ਇਹ ਬਜ਼ੁਰਗਾਂ ਦਾ ਬੰਦ ਹੈ, ਬਜ਼ੁਰਗ ਪੜ੍ਹਦੇ ਹਨ। ਵੰਨ ਦੇਵੇ ਆਉਣ ਦਿਮਾਗੂ ਅਗਲਾ ਦਰਦ ਮਰਾ ਵੈਣ ਸੁਣੇ ਸਹੀਆ ਦਾਦਾ ਇੰਜ ਨਹੀਂ ਦੱਸਣਾ ਜਿਵੇਂ ਮੈਂ ਲੱਥਾਂ ਓ ਮੇਰੀ ਬੇਵਾਦੀ ਕੁਬਰਾ ਕੂ ਆਖੇ ਨਾਲ ਆਰਾਮ ਲਾਇਆ ਓ ਵਿੱਚ ਬੰਨਦੇ ਪਿਊ ਹੋ ਗਈ ਮੇਰੀ ਮਜਲਿਸ। 5 ਮਿੰਟ ਵੀ ਆ ਪੜਦਾ ਲੈ ਬੈਠੇ ਹੁਸੈਨ ਸੁਣਾ ਸ਼ਾਹ ਜੀ ਤੁਸੀਂ ਤਾਂ ਸਯਦ ਹੋ ਤੁਸੀਂ ਤਾਂ ਵਾਰਿਸ ਹੈ ਮਤਾਮ ਹੋ ਤੁਹਾਡਾ ਨੁਕਸਾਨ ਹੀ ਇਤਨਾ ਤਾਂ ਹੈ ਜ਼ਰਾ ਦਰਦ ਭਰੀਆਂ ਦੋ ਗੱਲਾਂ ਸੁਣਾ ਹੁਸੈਨ ਲੈ ਬੈਠੇ ਹੁਸੈਨ ਦਰਦ ਚਾਹਦੇ ਮੇਰਾ ਅੱਲਾ ਹੁਣ ਰਾਜ਼ੀ ਮੇਰਾ ਅੱਲਾ ਮੇਰਾ ਅਕਬਰ ਹੀ ਟੁਰ ਗਿਆ ਮੇਰਾ ਅੱਲਾ ਮੇਰਾ ਗਾਜ਼ੀ ਵੀ ਟੁਰ ਗਿਆ ਅੱਲਾ ਦਾ ਅਰਸ਼ ਹੱਲੇ ਬਜ਼ੁਰਗਾਂ ਦੇ ਜੁਮਲੇ ਬਜ਼ੁਰਗਾਂ ਦੀਆਂ ਗੱਲਾਂ ਆਵਾਜ਼ ਕੁਦਰਤ ਆਈ ਜਬਰੀਲ ਜੀ ਰੱਬੇ ਜਲੀ ਜਲਦੀ ਕਰ ਮੇਰਾ ਹੁਸੈਨ ਮੂੰਜਾ ਬੈਠ ਅੱਬਾਸ ਦੀ ਸ਼ਕਲ ਬਣ ਮੈਦਾਨ ਚ ਵੰਜ ਮੇਰੇ ਹੁਸੈਨ ਕੋ ਤਸੱਲੀ ਆਵੇ ਮੁਲਤਾਨ ਲਿਆਓ ਜਬਰੀਲ ਮੈਦਾਨ ਚ ਗਾਜ਼ੀ ਦੀ ਸ਼ਕਲ ਨਾ ਲਾਇਆ ਸਲਾਮ ਦਾ ਜਵਾਬ ਹੁਸੈਨ ਦਿੱਤਾ ਏ ਡਿੱਠਾ ਨਹੀਂ ਸਯਾ ਦਾਦਾ ਮੇਰੇ ਵੀਰ ਦੀ ਸ਼ਕਲ ਦਾ ਪਾਕ ਫਰਿਸ਼ਤਾ ਉਹਦੇ ਜਲਦੀ ਛੋੜ ਮੈਦਾਨ ਉਹ ਮਤਾ ਗਾਜ਼ੀ ਸਮੇਜ ਕੇ ਪਾਣੀ ਮੰਗੇ ਉਹ ਕੋਈ ਮੈਦਾ ਬਾਲ ਨਾਦਾਨ ਸਯਾਦਾ ਦੇ ਲੱਗੀ ਖਬਰ ਜੇ ਫਜ਼ਲ ਦੀ ਅਮੜੀ ਕੂ ਉਹ ਗਿਨ ਆਸੀਆ ਅਲਾਮ ਨਿਸ਼ਾਨੇ ਉਹ ਜੇ ਭੇਣੀ ਵੀਰ ਕਿਆ ਬਾਤ ਹੈ ਮੁੱਕ ਗਈ ਮੇਰੀ ਮਜਲਿਸ। ਸ਼ਾਹ ਸਾਹਿਬ ਅਲਵਰ ਸ਼ਾਹ ਜੀ ਆਖਰੀ ਮੇਰਾ ਬੰਦ ਹੀ ਮਜਲਿਸ ਦਾ ਮੈਂ ਨੌਕਰਾਂ ਮੇਰੇ ਵੀਰ ਦੀ ਸ਼ਕਲ ਦਾ ਪਾਕ ਫਰਿਸ਼ਤਾ ਉਹਦੇ ਜਲਦੀ ਛੋੜ ਮੈਦਾਨ ਉਹ ਮਤਾ ਗਾਜ਼ੀ ਸਮੇਜ ਇੱਕ ਮੈਂ ਬੰਦ ਪੜਦਾ ਜਿਨ੍ਹਾਂ ਮੇਰੇ ਵਾਲਿਦ ਸਾਹਿਬ ਕੋ ਸੁਣੋ ਮੇਰੇ ਵਾਲਿਦ ਸਾਹਿਬ ਇੱਕ ਬੰਦ ਪੜਦੇ ਹਨ ਕਾਜ਼ੀ ਸਫਦਰ ਹੁਸੈਨ ਮਰਹੂਮ ਮਕਫੂਰ ਉਹਨਾਂ ਦੇ ਅੱਲਾ ਦਰਜਾਤ ਬੁਲੰਦ ਫਰਮਾਵੇ ਮਜਲਸਾਂ ਮੁੱਕ ਵੈਂਦੀਆਂ ਹਨ ਬਈ ਜਾਨ ਏਡਾ ਦੁੱਖਾ ਬੰਦ ਹੈ ਪੁਰਾਣੇ ਜ਼ਾਕਰਾਂ ਦਾ ਬੰਦ ਹੈ 250 ਸਾਲ ਪੁਰਾਣੀ ਇਹ ਤਹਿਰੀਰ ਹੈ ਇੱਥੇ ਹੀ ਮੇਰੀ ਮਜਲਸ ਮੁੱਕ ਜਾਏਗੀ ਮੇਰਾ ਅੱਲਾ ਮੇਰੇ ਸਾਰੇ ਟੁਰ ਗਏ ਹੁਸੈਨ ਫਰਮਾਉਂਦੇ ਮੇਰਾ ਅੱਲਾ ਮੇਰੇ ਸਾਰੇ ਟੁਰ ਗਏ ਟਿੱਬੇ ਤੂੰ ਇੱਕ ਵਹਿਣ ਆਏ ਹੁਸੈਨ ਹੁਸੈਨ ਮੈਂ ਤੇਰਾ ਨਾਨਾ ਮੁਹੰਮਦ ਆ ਗਿਆ
ਹੁਸੈਨ ਸੁਣੇ ਸੁਣੇ ਹੁਸੈਨ ਮੈਂ ਫਰਦਾ ਹੁਸੈਨ ਮੈਂ ਫਰਦਾ ਅਕਬਰ ਜਿਵਾ ਦੇ ਵਾ ਨਹੀਂ ਸਮਝੇ ਹੁਸੈਨ ਆਖੇ ਤਾਂ ਮੈਂ ਜੋ ਤੇਰਾ ਨਾਨਾ ਮੁਹੰਮਦ ਆ ਹੁਸੈਨ ਆਖੇ ਤਾਂ ਹੁਸੈਨ ਅਕਬਰ ਜਿਵਾ ਦੇ ਵਾ ਹੁਸੈਨ ਧੀ ਮੰਗਵਾ ਦੇ ਵਾ ਨਾ ਹੁਸੈਨ ਅਕਬਰ ਦਾ ਜਿਵਾਵਣ ਮੰਗਿਆ ਏ ਨਦੀ ਦਾ ਮਿਲਣ ਮੰਗਿਆ ਏ ਮੁਲਤਾਨ ਵਾਲੇ ਉਹ ਸਈਆ ਦਾ ਦੇ ਖਾਲਿਕ ਮਖਲੂਕ ਦੀ ਮਰਜ਼ੀ ਦਾ ਉਹ ਨਿਮੀ ਆਦਾ ਪੁੱਤਰ ਜਿਵਾ ਦੇ ਈ ਮਾਰੂ ਬਨ ਕੰਡਿਆਲੇ ਵਿੱਚ ਨਿਮੀ ਆਦਾ ਧੀ ਮੰਗਵਾ ਦੇ ਸਈਆ ਦਾ ਦੇ ਜੇ ਫਰ ਸਕਦਾ ਹੈ ਤਾ ਖਾਲਕ ਤੂੰ ਇੱਕ ਗਾਲ ਇਆ ਮਨਵਾ ਦੇ ਸਈਆ ਦਾ ਦੇ ਉਹ ਲੋਹ ਮਹਫੂਜ਼ ਦੀ ਤਖਤੀ ਤੂੰ ਮੇਰੀ ਭੇਣ ਦੀ ਕੈਦ ਸਈਆ ਦਾ ਦੇ ਮੇਰੀ ਪਰਜੇਦਾਰ ਭੇਣ ਓ ਮੇਰੀ ਸ਼ਰਮਾ ਵਾਲੀ ਭੇਰ ਓ ਲੋਹ ਮਹਫੂਜ਼ ਦੀ ਤਖਤੀ ਤੂੰ ਮੇਰੀ ਭੇਣ ਦੀ ਕੈਦ